ਪਾਕਿਸਤਾਨੀ ਕੌਮ ਨੂੰ ਜ਼ਬਾਹ ਕੀਤਾ ਜਾ ਰਿਹਾ ਹੈ ਗੈਸ ਦੇ ਬਿੱਲ ਜਿਹਦਾ 2000 ਬਿੱਲ ਹੁੰਦਾ ਸੀ ਉਦਾ 50 ਹਜ਼ਾਰ ਬਿੱਲ ਕਿਸੇ ਦਾ 40 ਹਜ਼ਾਰ ਰੁਪਏ ਕਲੈਕਸ਼ਨ ਕਰਾਣ ਆਏ ਨੇ ਕਿ ਲੋਕਾਂ ਦੀ ਚਮੜੀ ਲਾਣ ਆਏ ਨੇ ਮੈਂ ਕਸਮ ਚੁੱਕ ਕੇ ਕਹਿੰਦਾ ਲੋਕ ਖੁਦਕੁਸ਼ੀਆ ਮੇ ਕਰਦੇ ਨੇ ਮਹਿੰਗਾਈ ਦੀ ਵਹਿ ਤੂੰ ਲੋਕ ਆਪਣੀਆਂ ਬੱਚੀਆਂ ਵੇਚਣ ਨੂੰ ਤਿਆਰ ਹੋ ਗਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਬੈਠੇ ਨੇ ਇਹ ਕਾਕੜ ਮਾਕੜ ਚੀਬੀਸਟਰ ਕਬਰਸਤਾਨੇ ਕੇ ਕਲੀਨ ਪਵਾ ਕੇ ਲਗਾ ਫਿਰਦਾ ਤੇ ਆਵਾਮ ਨੂੰ ਨਹੀਂ ਬੇਥੇ ਪੇ ਕਵਾਮ ਦਾ ਕੀ ਹਾਲ ਤੇ ਆਵਾਮ ਭੁੱਖੀ ਵੀ ਮਰਦੀ ਏ ਆਵਾਮ ਭੁੱਖ ਦੀ ਮਾਰੀ ਨਿਕਲੇ ਇੱਕ ਵਾਰ ਤਾਂ ਮੋਲੋ ਕਿ ਹੁਣੀ ਨਿਕਲਾਬ ਆਜਦਾ ਉਹ ਤੁਹਾਡੇ ਕਿਸੇ ਦੇ ਕੰਟਰੋਲ ਨਹੀਂ ਰੋਬੇ ਦਾ ਹਰ ਬੰਦਾ ਤੁਹਾਨੂੰ ਸਬਤਬ ਯਾਕਾਨ ਬੋਧ ਉਹ ਯਾਕਾਨ ਸਟਾਈਨ ਮੇਰਾ ਇਹ ਟਾਪਿਕ ਹੈ ਜੀ ਮਹਿੰਗਾਈ ਪਾਕਿਸਤਾਨੀ ਘਰ ਨੂੰ ਜ਼ਬਾ ਕੀਤਾ ਜਾ ਰਿਹਾ ਹੈ ਗੈਸ ਦੇ ਬਿੱਲ ਜਿਹਦਾ 2000 ਬਿੱਲ ਹੁੰਦਾ ਸੀ ਉਦਾ 80 ਹਜ਼ਾਰ ਬਿੱਲ ਆਉਣ ਲੱਗਾ ਕਿਸੇ ਦਾ 50 ਹਜ਼ਾਰ ਬਿੱਲ ਕਿਸੇ ਦਾ 40 ਹਜ਼ਾਰ ਰੁਪਏ ਗੈਸ ਦਾ ਬਿੱਲ ਬਿਜਲੀ ਦਾ ਬੰਬ ਗੈਸ ਦਾ ਬੰਬ ਪੈਟਰੋਲ ਦਾ ਬੰਬ ਮਾਰਿਆ ਨੇ ਕਲੈਕਸ਼ਨ ਕਰਾਉਣ ਆਏ ਨੇ ਕਿ ਲੋਕਾਂ ਦੀ ਚਮੜੀ ਲਾਣ ਆਏ ਨੇ ਮੈਂ ਕਸਮ ਚੁੱਕ ਕੇ ਕਹਿੰਦਾ ਲੋਕ ਖੁਦਕੁਸ਼ੀ ਐ ਮੇ ਕਰਦੇ ਨੇ ਮਾਸ਼ਰਤੀ ਬਰਾਈ ਪੈਦਾ ਹੋ ਗਈ ਇਸ ਮੋਲੋਗੇ ਚ ਮਹਿੰਗਾਈ ਦੀ ਵਹਿਤੂ ਲੋਕ ਆਪਣੀਆਂ ਬੱਚੀਆਂ ਵੇਚਣ ਨੂੰ ਤਿਆਰ ਹੋ ਗਏ ਨੇ ਅੱਲਾਹ ਮਾਫੀ ਦੇ ਇਹ ਸਾਡੇ ਤੇ ਪਾਰ ਏ ਇਹ ਗੌਰਮੈਂਟ ਵਕਤ ਦੇ ਹਾਕਮਾਂ ਤੇ ਪਾਰ ਹੁੰਦਾ ਏ ਕਿ ਲੋਕੇ ਨੇ ਮਜਬੂਰ ਹੋ ਜਾਣ ਕਿ ਆਪਣੀਆਂ ਬੱਚੀਆਂ ਦਾ ਨਲਾਮ ਕਰ ਲਾ ਪੈਣ ਮਹਿੰਗਾਈ ਦੀ ਵਹਿਤੂ ਇਹ ਕਲੀਨ ਪਵਾ ਕੇ ਲਗਾ ਫਿਰਦਾ ਹੈ ਤੇ ਆਵਾਮ ਨੂੰ ਨਹੀਂ ਵੇਦੇ ਪੇ ਕਵਾਮ ਦਾ ਕੀ ਹਾਲ ਤੇ ਆਵਾਮ ਭੁੱਖੀ ਵੀ ਮਰਦੀ ਏ ਆਵਾਮ ਦਾ ਕੁਝ ਕਰੋ 52 ਕਰੋੜ ਆਵਾਮ ਦੇ ਟੈਕਸ ਪੇਰ ਨਾਲ ਹਰੇ ਦਾਰੇ ਚੱਲਦੇ ਨੇ ਚਾਹੇ ਕਾਕੜ ਹੋਵੇ ਮਾਕੜ ਹੋਵੇ ਤੇ ਚਾਹੇ ਨਕਵੀ ਹੋਵੇ ਐਡੇ ਪ੍ਰੋਟੋਕੋਲ ਤੁਸੀਂ ਸਿਆਸੀ ਬੰਦੇ ਨੂੰ ਪੇ ਦਿੰਦੇ ਹੋ ਇਹ ਵੀ ਆਵਾਮ ਦੇ ਪੁੰਨ ਪਸੀਨਾ ਦੀ ਕਮਾਈ ਨਾ ਦਿੰਦੇ ਹੋ ਆਵਾਮ ਦੀ ਤੁਸੀਂ ਚਮੜੀ ਲਾ ਲਈ ਫਿਰ ਉਹਨਾਂ ਦੀ ਗੋਸ਼ਤ ਉਹਨਾਂ ਨੂੰ ਚਾ ਮਹंगाई ਦੇ ਬੰਮ ਮਾਰ ਮਾਰ ਕੇ ਫਿਰ ਉਹਨਾਂ ਦੀ ਅਡੀਆਂ ਜੂ ਗੁਦਾ ਵੀ ਤੁਹਾਂ ਕੱਢ ਲਿਆ ਔਰ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਵੀ ਹੁੰਦੀ ਔਰ ਫਿਰ ਤੁਸੀਂ ਮਹਿੰਗਾਈ ਕਰੀ ਜਾਂਦੇ ਹੋ ਪੇ ਉਹ ਕਿੱਥੋਂ ਦੀ ਆਵਾਮ ਨੂੰ ਰਲੀਫ ਹੈ ਕਾਰੋਬਾਰ ਖਤਮ ਹੋ ਗਏ ਨੇ ਦੁਕਾਨਦਾਰਾਂ ਦੀ ਇਮਾਨੀ ਗੱਲ ਹੈ ਜਾਈ ਦੇ ਵਿਚਾਰੇ ਦੁਕਾਨਦਾਰ ਤੁਹਾਡੇ ਤਾਜਰ ਉਹਨਾਂ ਦੀ ਕਾਰੋਬਾਰ ਨਹੀਂ ਚੱਲਦੇ ਤਾਜੇ ਬਰਾਦਰੀ ਸਾਡੀ ਮਰ ਗਈ ਹੈ ਇੰਡਸਟਰੀਅਲਿਸਟ ਚ ਮਰ ਗਿਆ ਸਾਡੇ ਗੁਜਰਾਤ ਜਿੰਨੀਆਂ ਇੰਡਸਟਰੀਏ ਬੰਦ ਪਈ ਹੈ ਚਾਹੇ ਉਹ ਪਾਟਰੀ ਦੀ ਇੰਡਸਟਰੀਏ ਚਾਹੇ ਪੱਕੇ ਦੀ ਇੰਡਸਟਰੀਏ ਚਾਹੇ ਫ੍ਰਿਜਰ ਦੀ ਇੰਡਸਟਰੀਏ ਚਾਹੇ ਉਹ ਦੀਗਰ ਇੰਡਸਟਰੀਆਂ ਨੇ ਉਹ ਕੋ ਸ਼ਰਮ ਕਰੋ ਉਹ ਕੋ ਬੋਲੋਗੇ ਜੀ ਬੜੀ ਬਰੇਹਮ ਸਿਆਸਤ ਹੈ ਹਰ ਬੰਦਾ ਤੁਹਾਨੂੰ ਸਬਤਵਾ ਵਹਾ ਰਿਹਾ ਮੈਂ ਸਮਝ ਨਾ ਸੋਇ ਸਮਝੇ ਤੁਸੀਂ ਵੋਟ ਦਿਓ ਜਿਹੜਾ ਬੰਦਾ ਤੁਸੀਂ ਬੇਦਰਸਮੀ ਤੋਂ ਉਹਨੂੰ ਵੋਟ ਦਿਓ ਲੇਕਿਨ ਸੋਹੇ ਹਮੇ ਕੇ ਵੋਟ ਦਿਓ ਇਹ ਸਾਰੇ ਮਨਾਫਕ ਆਏ ਨੇ ਸਾਰੇ ਬਾਦਿਆਨਤ ਆਏ ਨੇ ਇਹਨਾਂ ਇਲੈਕਸ਼ਨ ਲੜ ਕੇ ਤਾਂ ਨਜ਼ਰ ਵੀ ਨਹੀਂ ਆਉਣਾ ਅੱਜ ਵੀ ਬੰਦੇ ਮੈਨੂੰ ਕਹਿੰਦੇ ਨੇ ਯਾਰ ਅਸੀਂ ਬੜੇ ਪਛਤਾਨੇ ਸਜਾ ਤੂੰ ਵੀ ਨਹੀਂ ਦਰਵਾਜ਼ਾ ਦਿੱਤੀ ਐਮਪੀਏ ਦੀ ਤੈਨੂੰ ਦੇਣੀ ਚਾਹੀਦੀ ਸੀ ਆਵਾਮ ਤੈਨੂੰ ਪਸੰਦ ਕਰਦੀ ਏ ਮੈਨੂੰ ਕੀ ਲੋੜ ਐ ਐਮਐਨਏ ਐਮਪੀਏ ਬਣ ਕੇ ਐ ਐਮਐਨਏ ਐਮਪੀਏ ਬਣ ਕੇ ਮਨਾਵਾਂ ਮੈਂ ਪੈਸੇ ਕਮਾਣੇ ਨੇ ਹਾਂਜੀ ਨਾ ਮੇਰੀ ਸੋਚ ਏ ਨਾ ਮੇਰੀ ਇਸ ਜੀ ਐਸੀ ਪੀਡੀਐਮ ਦੀ ਗਵਰਨਮੈਂਟ ਉਹੜਾ ਚਾਰ ਪਾ ਪਾਇਆ ਸੀ 14 ਜ ਚਟਨੀ ਕਰਛੜੀ ਸੀ ਆਵਾਮ ਦੀ 1.5 ਸਾਲ ਹੋ ਰਹੇ ਨੇ 6 ਮਹੀਨੇ ਤੋਂ ਇਹ ਆਏ ਨੇ ਇਹ ਕਾਕੜ ਮਾਕੜ ਨਕਵੀ ਹੈ ਉਹ ਗੈਰ ਕਾਨੂੰਨੀ ਤਰੀਕੇ ਨਾਲ ਸਾਲ ਹੋ ਗਿਆ ਉਹਨੂੰ ਬੈਠੇ ਆ ਹਾਂਜੀ ਉਹਨੂੰ ਉਸਰੇ ਵੀ ਕੋਈ ਹੈ ਕਿ ਮੈਂ ਫਲਾਣੇ ਨੂੰ ਜਿਤਾਣਾ ਇਲੈਕਸ਼ਨ ਤੇ ਫਲਾਣੇ ਨੂੰ ਇਲੈਕਸ਼ਨ ਰੋਵਾਣਾ ਹੈ ਇਸ ਤੋਂ ਇਲਾਵਾ ਉਹਨੂੰ ਕੋਈ ਕੰਮ ਨਹੀਂ ਹੈ ਮੈਂ ਤੇ ਹਮੇਸ਼ਾ ਆਪਣੀ ਆਵਾਮਾਂ ਤੇ ਬੋਲਾਂਦਾ ਆਵਾਮ ਨਾਲ ਖੇਲੋਣਾ ਮੈਂ ਪਸੰਦ ਕਰਾਂਦਾ ਮੇਰੇ ਵਾਸਤੇ ਉਹ ਸਭ ਤੋਂ ਵੱਡੀ ਰਿਆਸਤ ਪਾਕਿਸਤਾਨ ਹੈ ਜਿਹੜੇ ਪਾਕਿਸਤਾਨੀ ਆਵਾਮ ਹੈ ਚਾਹੇ ਉਹ ਡੀਸੀ ਹੋਵੇ ਚਾਹੇ ਉਹ ਡੀਪੀ ਹੋਵੇ ਚਾਹੇ ਉਹ ਐਸਐਚਓ ਹੋਵੇ ਚਾਹੇ ਡੀਐਸਪੀ ਹੋਵੇ ਆਵਾਮ ਨੂੰ ਕੀੜਾ ਮਕੌੜਾ ਔਰ ਗੁਲਾਮੀ ਕੀ ਦੀ ਕਰਦੇ ਨੇ ਜਿਹੜਾ ਉਤੇ ਆਕਾ ਬੈਠਿਆ ਹੋਵੇ ਹੈ ਜੀ ਭਾਵੇਂ ਜਲਦੀ ਤਰੀਕੇ ਨਾਲ ਆਕਾ ਬੈਠਿਆ ਕੁਲ ਕਰੂਨੀ ਆਕਾ ਬੈਠਿਆ ਉਹਨੂੰ ਉਹ ਸਭ ਕੁਝ ਸਮਝਣ ਦੇ ਆਵਾਮ ਨੂੰ ਕੋਈ ਨਹੀਂ ਸਮਝਣ ਲੈ ਜਿਹੜੇ ਟੈਕਸ ਪੇਰ ਨਾ ਪਲਦੇ ਨੇ ਇਹ ਵੱਦੀ ਕਿਸਮਤੀ ਹੈ ਜੇ ਦਿਨ ਸਾਡੀ ਅਫਸਰਸ਼ਾਹੀ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਯਾਰ ਅਸੀਂ 25 ਕਰੋੜ ਆਵਾਮ ਦੇ ਅਸੀਂ ਟੈਕਸ ਪੇਰ ਨਾ ਪਲਨੇ ਆ ਸਾਨੂੰ ਸਭ ਕੁਝ ਸਾਡੀਆਂ ਗੱਡੀਆਂ ਫ੍ਰੀ ਸਾਡੇ ਪੈਟਰੋਲ ਫ੍ਰੀ ਸਾਨੂੰ ਮੈਡੀਕਲ ਫ੍ਰੀ ਸਾਨੂੰ ਕਾਰ ਫ੍ਰੀ ਸਾਨੂੰ ਬਿਜਲੀ ਫ੍ਰੀ ਸਾਨੂੰ ਤਰਹਾਵਾ ਤੇ ਮੋਜਾਂ ਤੇ ਅਸੀਂ ਇਹ ਆਵਾਮ ਦੇ ਫਿਰ ਦੇ ਲਾਣੇ ਆ ਉਹਦੇ ਸੇ ਆਵਾਮ ਨੂੰ ਕੀੜਾ ਮਕੋੜਾ ਸਮਝਦੇ ਨੇ ਉਹਦੇ ਸੇ ਆਵਾਮ ਨੂੰ ਦਬਾਉਂਦੇ ਨੇ ਇਹ ਵੱਦੀ ਕਿਸਮਤੀ ਹੈ 25 ਕਰੋੜ ਬਖਸਰੀ ਆਵਾਮ ਦੀ ਇਹ ਨਾ ਹੋਵੇ ਕਿ ਜੀ ਕਰੋੜ ਵਾਂਗ ਪੋਖਦੀ ਮਾਰੀ ਨਿਕਲ ਆਵੇ ਬਾਹਰ ਪਾਕ ਫੌਜ ਦਾ ਵੀ ਮਜਾ ਹੈ ਦਾ ਔਰ ਮੈਂ ਇਸੇ ਵਾਸਤੇ ਗੁਜ਼ਾਰਿਸ਼ ਕਰ ਰਿਹਾ ਹਾਂ ਕਿ ਖੁਦਾ ਰਾ ਇਤਿਆਨ ਕਰੋ ਆਮ ਖੁਦ ਭੁੱਖ ਦੀ ਮਾਰੀ ਨਿਕਲ ਆਈ ਬਾਹਰ ਤਾਂ ਮੁਲਕ ਇਹ ਹੁਣੀ ਇਨਕਲਾਬ ਆ ਜਾਦਾ ਉਹ ਤੁਹਾਡੇ ਕਿਸੇ ਦੇ ਕੰਟਰੋਲ ਨਹੀਂ ਰਹੇਦਾ ਮੈਂ ਨਹੀਂ ਚਾਹਦਾ ਕਿ ਮੁਲਕ ਇਹ ਹੁਣੀ ਇਨਕਲਾਬ ਆਵਣ ਮੁਲਕਾਂ ਨੂੰ ਉਹ ਮੁਲਕ ਮੁਲਕ ਵੀ ਤਬਾਹ ਹੋ ਜਾਂਦੇ ਨੇ ਦਾਰੇ ਵੀ ਤਬਾਹ ਹੋ ਜਾਂਦੇ ਨੇ ਹਰ ਚੀਜ਼ ਤਬਾਹ ਹੋ ਜਾਂਦੀ ਹੈ ਅਸੀਂ ਬਿਲਕੁਲ ਇਹਦੇ ਆਖੇ ਚ ਨਹੀਂ ਆ ਨਾ ਅਸੀਂ ਇਹ ਪਸੰਦ ਕਰਨੇ ਆ ਲੇਕਿਨ ਮਨੂ ਅਲਾਦਵਾ ਕੇ ਨਜ਼ਰ ਆ ਰਹੇ ਨੇ ਆਵਾਮ ਦੇ ਵਿੱਚ ਇਸ਼ਤਿਆਲ ਪਾਇਆ ਜਾਂਦਾ ਮੰਗਾਈ ਦੀ ਵੈ ਭੁੱਖ ਦੀ ਵੈ ਤੂੰ ਨੰਗ ਦੀ ਵੈ ਤੂੰ ਕਿਸੇ ਪਾਸੋਂ ਆਵਾਮ ਨੂੰ ਰਿਲੀਫ ਨਹੀਂ ਆਇਆ ਫਿਰ ਆਵਾਮ ਨੂੰ ਲਾਇਨ ਆਰਡਰ ਦਾ ਮਸਲਾ ਬੜਾ ਹੈ عوام ਦੀ ਪਕੜ ਤੱਕੜੇ ਇਹ ਪਕੜ ਤੱਕੜੀ عوام ਦੀ ਬੰਦ ਕਰੋ ਇਹਦੇ ਨਾਲ ਹੀ عوام ਵਿੱਚ ਬੜਾ ਇਖਤਿਆਰ ਹੈ ਜਿਹੜੇ ਤਾਕਤਵਰਦਾਰੇ ਨੇ ਮੇਰਾ ਉਹਨਾਂ ਨੂੰ ਐਵੇਂ ਹੀ ਗੁਜ਼ਾਰਿਸ਼ ਹੈ ਕਿ ਖੁਦਾ ਰਾਹ ਤੁਸੀਂ ਵੀ ਹੋਸ਼ ਦੇ ਨਾਹ ਰਹੋ ਰਿਆਸਤ-ਏ-ਪਾਕਿਸਤਾਨ ਨੂੰ ਬਚਾਓ ਪਾਕਿਸਤਾਨ ਨੂੰ ਬਚਾਓ ਪਾਕਿਸਤਾਨੀ عوام ਨੂੰ ਬਚਾਓ ਪਾਕਿਸਤਾਨੀ عوامal ਕਿਸੇ ਦਾ ਧਿਆਨ ਨਹੀਂ ਹੈ ਕਿਸੇ ਦਾਰੇ ਦਾ ਧਿਆਨ ਨਹੀਂ ਹੈ ਕਿਸੇ ਕਾਕੜ ਮਾਕੜ ਗਵਰਨਮੈਂਟ ਦਾ ਵੀ ਧਿਆਨ ਆਇਆ ਪਿਛਲੀ ਪੀਡੀਐਮ ਦੀ ਗਵਰਨਮੈਂਟ ਸੀ ਇਹਨਾਂ ਆਪਣੇ ਕੇਸ ਮਾਫ ਕਰਾਏ ਇਹਨਾਂ ਆਪਣੀਆਂ ਅਦਾਲਤਾਂ ਨੂੰ ਅਰਬਾਂ ਪੈਰੀ ਕ੍ਰਿਪਸ਼ਨ ਮਾਫ ਕਰਾਈ ਇਹਨਾਂ ਕਾਨੂੰਨ ਬਣਾਏ ਆਪਣੇ ਵਾਸਤੇ ਮਾਫੀ ਆਪਣੀ ਲਈ ਵਾਹ ਵਾਸਤੇ ਕੋਈ ਨਾ ਕੀਤਾ ਅੱਜ ਤਾਂ ਇਹ ਵਾਮ ਚੂ ਇਹ ਫਾਰਗ ਨੇ ਮੇਰਾ ਦਾਰਿਆਂ ਕੇ ਪੀਲੇ ਕਿ ਫੌਰਨ ਅੰਬਲ ਕਰਨ ਮੇਰਾ ਆਰ ਤੇ ਕੋ ਨਾ ਰਹ ਹੁੰਦਾ ਪਾਕ ਫੌਜ ਦਿਨਦਬਾਦ ਪਾਕਿਸਤਾਨ ਪੁਜਿੰਦਾਬਾਦ Bye.